ਪਿੰਡ ਦੇ ਲੋਕ ਜਿਹੜੇ ਨੇ ਸੱਥ 'ਤੇ ਬੈਠੇ ਹੋਏ ਨੇ, ਆਪਣਾ ਰੋਜ਼ ਦਿਨ ਚਰਿਆ ਦਾ ਜਿਹੜਾ ਸਮਾਂ ਆ ਉਹ ਬਤੀਤ ਕਰ ਰਹੇ ਨੇ, ਅਤੇ ਇਸੇ ਦੇ ਮੱਦੇਨਜ਼ਰ ਅੱਜ ਅਸੀਂ ਇਸ ਪਿੰਡ ਵਿੱਚ ਪਹੁੰਚੇ, ਕਿਉਂਕਿ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ, ਨੋਮੀਨੇਸ਼ਨ ਭਰੇ ਜਾ ਰਹੇ ਨੇ, ਅਤੇ ਉਸੇ ਦੇ ਮੱਦੇਨਜ਼ਰ ਅੱਜ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਫਤਿਹਪੁਰ ਦੇ ਕਿ ਕਿੰਨੀ ਕੁ ਸਮੱਸਿਆ ਉਹਨਾਂ ਨੂੰ ਪਿਛਲੇ ਸਮੇਂ 'ਚ ਵਿਕਾਸ ਹੋਏ ਉਹਨਾਂ ਦੇ ਪਿੰਡ ਵਿੱਚ ਜਾਂ ਨਹੀਂ ਹੋਏ ਇਸ ਬਾਰੇ। ਮਾਤਾ ਜੀ ਤੁਹਾਡਾ ਨਾਮ ਦੱਸੋ ਪਹਿਲਾਂ, ਕੀ ਹੈ? ਬਿਮਲਾ ਦੇਵੀ। ਬਿਮਲਾ ਦੇਵੀ ਜੀ, ਹੁਣ ਨਵੀਆਂ ਸਰਪੰਚੀ ਦੀ ਚੋਣਾਂ ਆ ਰਹੀਆਂ, ਤੁਹਾਨੂੰ ਪਤਾ ਹੀ ਹੋਣਾ ਆ, ਤੁਸੀਂ ਇਹ ਦੱਸੋ ਕਿ ਪਿਛਲੇ ਸਮੇਂ 'ਚ ਤੁਹਾਡੇ ਪਿੰਡ 'ਚ ਕਿੰਨੇ ਕੁ ਵਿਕਾਸ ਕਰ ਹੋਏ ਆ? ਸਰ, ਵਿਕਾਸ ਜਿੰਨਾ ਕੁ, ਚਲੋ ਮੰਨਦੇ ਆਪਾਂ ਸਰਪੰਚ ਨੇ ਜਿੰਨਾ ਕੁ ਹੋ ਸਕਦਾ, ਸਿਸਟਮ ਦਾ ਵੀ ਕੋਈ ਗਲਤ ਕੰਮ ਹੋਵੇ ਵਿੱਚ, ਨਹੀਂ ਪੈਸਾ ਆਇਆ ਜਾਂ ਕੁਛ ਵੀ ਨਹੀਂ, ਸਾਡੇ ਸਰਪੰਚ ਨੇ ਲਿਆ ਨਹੀਂ ਜਾਂ ਲਾਗਣ ਨਹੀਂ ਦਿੱਤਾ, ਆਪਾਂ ਇਸ ਚੀਜ਼ ਨੂੰ ਲੈ ਕੇ ਚੱਲਦੇ ਹਾਂ। ਤੁਹਾਡਾ ਆਹ ਰੋਡ ਸਾਡਾ ਆਪਣਾ ਸਾਹਮਣੇ ਦੇਖੋ, ਬੱਚਿਆਂ ਦੀ ਗਰਾਊਂਡ ਦੇਖੋ, ਬਾਰਡਰ ਸਪਲਾਈ 'ਤੇ ਦੇਖੋ ਕੀ ਹਾਲਾਤ ਹੈ। ਅੱਛਾ, ਇਹ ਗਰਾਊਂਡ ਹੈ ਸਾਹਮਣੇ? ਹਾਂ, ਗਰਾਊਂਡ ਹੈ ਬੱਚਿਆਂ ਦੀ। ਕੈਮਰਾਮੈਨ ਕਹੋਗੇ ਕੋਈ ਤਸਵੀਰਾਂ ਦਿਖਾ ਦੇਣ ਕਿ ਪਿੰਡ ਵਾਸੀਆਂ ਦੇ ਕਹਿਣਾ ਕਿ ਆਹ ਦੇਖ ਲਓ ਸਾਡੇ ਗਰਾਊਂਡ ਜਿਹੜੀ ਹੈ ਪਿੰਡ ਦੀ, ਕੀ ਹਾਲਾਤ ਬਣੇ ਹੋਏ ਨੇ। ਅੱਛਾ, ਹੋਰ ਆਹ ਸਕੂਲ ਦੀ ਛੱਤ ਅੱਜ ਤੱਕ ਨਹੀਂ ਪਈ, ਆਹ ਸਕੂਲ ਹੈ ਇਹ ਕਦੋਂ ਤੋਂ ਇੱਦਾਂ ਹੀ ਹੈਗੀ? ਸਾਨੂੰ ਕਾਫੀ ਚੇਅਰ ਹੋ ਗਏ, 7-8-10 ਸਾਲ ਦੇਖਦੇ ਨੇ ਹੋ ਗਏ, ਕੋਈ ਇੱਥੇ ਦਾ ਮਤਲਬ ਉਹ ਨਹੀਂ ਹੈਗਾ, ਕੋਈ ਬੈਨੀਫਿਟ ਨਹੀਂ, ਚਾਹੇ ਕੋਈ ਸਰਪੰਚ ਆਏ ਚਾਹੇ ਪੈਂਚ ਆ ਜਾਣ, ਅਤੇ ਇਹ ਨਹੀਂ ਪਤਾ ਵੀ ਜਾਂ ਕੋਈ ਹੋਣ ਨਹੀਂ ਦਿੰਦਾ ਸਾਡੇ ਪਿੰਡ ਦਾ ਕੰਮ, ਜਾਂ ਮਹਿਕਮਾ ਨਹੀਂ ਚਾਹੁੰਦਾ ਵੀ ਇਸ ਪਿੰਡ ਦਾ ਕੋਈ ਵਿਕਾਸ ਹੋਵੇ। ਅਤੇ ਤੁਸੀਂ ਕਿ ਜਦੋਂ ਮੰਤਰੀ ਸੰਤਰੀ ਕੋਲ ਆਉਂਦੇ ਤੁਸੀਂ ਉਹਨਾਂ ਦੇ ਅੱਗੇ ਗੁਹਾਰ? ਮੰਤਰੀ ਆਉਂਦੇ ਨਹੀਂ, ਵੋਟਾਂ ਲੈਂਦੇ ਨੇ, ਇੱਧਰੋਂ 2-3 ਘਰਾਂ ਦੇ ਵੜ ਕੇ ਅੰਦਰ ਜਾਂਦੇ ਨੇ, ਬਸ ਮੁੜ ਕੇ ਪਿੰਡ ਦੇ ਅੰਦਰ ਪੁੱਛਦਾ ਕੋਈ ਨਹੀਂ ਵੀ ਤੁਹਾਡਾ ਵਿਕਾਸ ਹੈਗਾ ਕਿ ਨਹੀਂ, ਰਾਹਾਂ ਗਲੀਆਂ ਦੇ ਵਿੱਚ ਨਹੀਂ ਕੁਛ, ਇੰਨਾ ਗੰਦ ਪਿਆ ਸੜਕ 'ਤੇ, ਦੇਖੋ ਜਾ ਕੇ ਕੁਛ ਨਹੀਂ ਹੁੰਦਾ ਸਾਡੇ ਪਿੰਡ ਦਾ ਕੰਮ। ਅਤੇ ਇਸ ਵਾਰ ਹੁਣ ਜਿਹੜੀ ਚੋਣਾਂ ਆਈਆਂ ਸਰਪੰਚੀ ਦੀਆਂ, ਤੁਸੀਂ ਕਿਸ ਤਰ੍ਹਾਂ ਦਾ ਬੰਦਾ? ਉਸ ਬੰਦੇ ਨੂੰ ਚੁਣਾਂਗੇ ਜੇ ਸਾਡਾ ਕੋਈ ਕੰਮ ਕਰੇਗਾ, ਜੇ ਉਹ ਸਰਪੰਚ ਨਹੀਂ ਕਰਦਾ ਆਪਾਂ 6 ਮਹੀਨਿਆਂ 'ਚ ਉਹਨੂੰ ਰੱਦ ਕਰ ਦੇਣਾ ਹੈ। ਅੱਛਾ, ਪਹਿਲੇ ਕਹਿਤਾ ਮੈਂ 6 ਮਹੀਨਿਆਂ 'ਚ ਰੱਦ ਕਰ ਦੇਣਾ ਮੈਂ ਤਾਂ। ਠੀਕ ਹੈ, ਅਸੀਂ ਹੋਰ ਲੋਕਾਂ ਨੂੰ ਪੁੱਛ ਲੈਂਦੇ। ਭਾਅ ਜੀ, ਕੀ ਨਾਮ ਤੁਹਾਡਾ? ਦੁਰਗਾਰਾਜ। ਦੁਰਗਾਰਾਜ ਜੀ, ਕੀ ਦੱਸੋਗੇ ਹੁਣ ਨਵੀਆਂ ਸਰਪੰਚੀ ਚੋਣਾਂ ਆ ਗਈਆਂ ਆ, ਕੀ ਤੁਹਾਡੇ ਪਿੰਡ ਦੇ ਕਿਹੜੇ ਕਿਹੜੇ ਮੁੱਦੇ ਹੈਗੇ ਜਿਹੜੇ ਅੱਜ ਤੱਕ ਹੋਏ ਨਹੀਂ ਹੱਲ? ਦੇਖੋ ਜੀ, ਗਲੀਆਂ ਦਾ ਬਹੁਤ ਗੰਦ ਪਿਆ, ਨਾਲੀਆਂ ਦੇਖੋ ਜਾ ਗੰਦ ਕਿੱਦਾਂ ਪਿਆ, ਇਹ ਤਾਂ ਬਣਨੀ ਚਾਹੀਦੀ ਹੈ, ਇਹ ਸਰਪੰਚ ਨੇ ਨਾਉਣ ਲਿਆ, ਐਂ ਤਾਂ ਉਹ ਚੋਣਾਂ ਜਿਹੜਾ ਮਤਲਬ ਕੰਮ ਕਰੇਗਾ ਬੰਦਾ। ਮਾਤਾ ਜੀ, ਕੀ ਨਾਮ ਤੁਹਾਡਾ? ਤੁਸੀਂ ਦੱਸੋ ਕਿ ਹੁਣ ਜਿਹੜੀਆਂ ਨਵੀਆਂ ਚੋਣਾਂ ਆ ਰਹੀਆਂ, ਕਿੱਦਾਂ ਦਾ ਸਰਪੰਚ ਚਾਹੁੰਦੇ ਹੋ, ਔਰ ਪਿੰਡ ਵਿੱਚ ਕਿਹੜੇ ਕਿਹੜੇ ਕੰਮ ਤੁਸੀਂ ਚਾਹੁੰਦੇ ਜਿਹੜੇ ਹੋਣੇ ਚਾਹੀਦੇ ਤੁਹਾਡੇ? ਸਾਨੂੰ ਤਾਂ ਸਰਪੰਚ ਵਧੀਆ ਹੀ ਚਾਹੀਦਾ ਜਿਹੜੇ ਸਾਰੇ ਕੰਮ ਕਰੇ ਵੀ। ਹੁਣ ਤੁਹਾਨੂੰ ਪਤਾ ਹੀ ਹੈ ਸਾਰੇ ਕੰਮ ਹੁਣ ਛੱਡੇ ਪਏ ਆ, ਪਿਛਲੇ ਸਰਪੰਚ ਨੇ ਛੱਡੇ ਪਏ, ਹੁਣ ਅੱਗੇ ਹੋਣੇ ਚਾਹੀਦੇ, ਇਹ ਹੁਣ ਭਾਈ ਸਾਰੇ ਹੋਣੇ ਚਾਹੀਦੇ ਆ, ਸਾਨੂੰ ਮਿਲਣਾ ਚਾਹੀਦਾ, ਕੰਮ ਵੀ ਮਿਲਣਾ ਚਾਹੀਦਾ ਆ। ਤੁਹਾਨੂੰ ਕੰਮ ਨਹੀਂ ਮਿਲਦਾ ਰਿਹਾ ਪਿਛਲੇ ਸਮੇਂ? ਕਦੀ ਨਹੀਂ ਮਿਲਿਆ ਕੰਮ ਸਰ, ਕਦੀ ਮਿਲਿਆ ਨਹੀਂ ਕੰਮ ਸਾਨੂੰ, 10 ਸਾਲ ਹੋ ਗਏ ਕਦੀ ਕੰਮ ਮਿਲਿਆ ਹੀ ਨਹੀਂ। ਸਰਕਾਰ ਤਾਂ ਕਹਿੰਦੀ ਹੈ ਕਿ 90 ਦਿਨ ਰੋਜ਼ਗਾਰ ਦੇਵਾਂਗੇ ਪਿੰਡ ਦੇ, ਸਾਡੇ ਆ ਕੇ ਤੁਸੀਂ ਕਾਰਡ ਚੈੱਕ ਕਰੋ, ਹੁਣ ਮਿਲਿਆ 2-3 ਮਹੀਨਿਆਂ ਦਾ, ਆਹ ਚੱਕਰ ਜਰਾ ਕੁ ਮੁੰਡਾ ਮੋਹਰੇ ਹੋਇਆ ਤਾਂ ਸਾਨੂੰ 3 ਮਹੀਨਿਆਂ ਦਾ ਕੰਮ ਮਿਲਿਆ, ਨਹੀਂ ਤਾਂ ਤੁਸੀਂ ਸਾਡਾ ਪਿੱਛੋਂ ਡਾਟਾ ਚੁਕਾਓ, ਉੱਥੋਂ ਵੀਡੀਓ ਦਫ਼ਤਰ ਜਾਓ, ਪਤਾ ਕਰੋ ਵੀ ਫਤਿਹਪੁਰ ਕੁੱਲੀਆਂ ਦਾ ਜਿਹੜਾ ਪਿੰਡ ਹੈ ਕਿੰਨਾ ਕੁ ਕੰਮ ਕੀਤਾ ਹੋਇਆ ਹੈ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਵਿੱਚ ਪੈਸੇ ਨਹੀਂ ਆਏ, ਕਿਉਂ ਨਹੀਂ ਆਏ ਉਹਨਾਂ ਦੇ ਖਾਤਿਆਂ 'ਚ ਪੈਸੇ, ਵੀਡੀਓ ਦਫ਼ਤਰ ਵਾਲੇ ਕਸੂਰਵਾਰ ਹੈ। ਸੁਖਵਿੰਦਰ ਸਿੰਘ ਜੀ, ਇਹ ਦੱਸੋ ਕਿ ਤੁਹਾਡੇ ਪਿੰਡ ਦੇ ਲੋਕ ਇੱਥੇ ਸਾਰੇ ਇਕੱਠੇ ਹੋਏ ਨੇ, ਤੁਸੀਂ ਵੀ ਇਸੇ ਪਿੰਡ ਦੇ ਰਹਿਣ ਵਾਲੇ ਹੋ, ਕੀ ਤੁਹਾਡੇ ਪਿੰਡ ਦੇ ਵਿਕਾਸ ਕਾਰਜ ਕਿੰਨੇ ਕੁ ਹੋਏ ਆ? ਵਿਕਾਸ ਕਾਰਜਾਂ ਦਾ ਤਾਂ ਮਾੜਾ ਹਾਲ ਹੀ ਆ, ਸਕੂਲ ਦੀ ਗਰਾਊਂਡ ਸਾਹਮਣੇ ਦੇਖੋ ਕੀ ਹਾਲ ਹੈ, ਗਲੀਆਂ ਨਾਲੀਆਂ ਦਾ ਬੁਰਾ ਹਾਲ ਆ, ਸੀਵਰੇਜ ਸਾਰੇ ਪਿੰਡ 'ਚ ਪੈਣ ਵਾਲਾ ਸਾਡੇ, ਬਾਕੀ ਸਾਡੇ ਪਿੰਡ ਦੇ ਹਾਲਾਤ ਦੇਖੋ, ਘਰ ਦੇਖੋ, ਮਕਾਨ ਲੋਕਾਂ ਦੇ ਜਿਹੜੀ ਮਤਲਬ ਮੋਦੀ ਜਿਹੜੇ ਮਕਾਨ ਮਿਲਦੇ ਉਹ ਵੀ ਨਹੀਂ ਮਿਲੇ ਹੋਏ, ਕੇਂਦਰ ਸਰਕਾਰ ਵੱਲੋਂ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਮਿਲਦੇ ਆ, ਹਾਂਜੀ ਉਹ ਵੀ ਨਹੀਂ ਕੁਛ ਘਰਾਂ 'ਚ ਮਿਲੇ ਹੋਏ ਅਜੇ, ਬਾਕੀ ਜਿੱਦਾਂ ਨਰੇਗਾ ਵਾ
ਆਮ ਸਾਰੇ ਪਿੰਡਾਂ 'ਚ ਨਰੇਗਾ ਚੱਲਦੀ ਰਹੀ ਹੈ, ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਮਿਲਦਾ ਰਿਹਾ। ਸਾਡੇ ਤਾਂ ਪਿੰਡ 'ਚ ਕਾਰਡ ਸਾਰੇ ਉੱਦਾਂ ਹੀ ਅਜੇ ਕੋਰੇ ਦੇ ਕੋਰੇ ਪਏ, ਲੋਕਾਂ ਨੂੰ ਕੰਮ ਹੀ ਨਹੀਂ ਮਿਲਿਆ। ਅਤੇ ਬਾਕੀ ਹੁਣ ਅਸੀਂ ਕੋਸ਼ਿਸ਼ ਕੀਤੀ ਹੈ, ਪਿਛਲੇ 2-3 ਮਹੀਨਿਆਂ ਤੋਂ ਕੰਮ 'ਤੇ ਲਾਏ ਹੋਏ ਆ ਬੰਦੇ। ਬਾਕੀ ਜੇ ਲੋਕ ਮੌਕਾ ਦੇਣਗੇ ਗਾਹ ਨੂੰ ਤਾਂ ਗਾਹ ਨੂੰ ਵੱਧ ਅਤੇ ਵਧੀਆ ਵਿਕਾਸ ਕਰਾਂਗੇ ਪਿੰਡ ਦਾ, ਜੋ ਵੀ ਪੈਂਡਿੰਗ ਪਿਆ ਹੋਇਆ ਸਾਰਾ ਆਪਾਂ ਕੋਸ਼ਿਸ਼। ਕੀ ਪਲੈਨ ਹੈ ਕੋਈ ਆਉਣ ਵਾਲੇ ਸਮੇਂ 'ਚ ਤੁਸੀਂ ਪਿੰਡ ਲਈ ਕੀ ਕਰੋਗੇ ਇਹਦੇ 'ਚ? ਪਲਾਨ ਤਾਂ ਇਹੀ ਆ ਵੀ ਇੱਕ ਤਾਂ ਗਲੀਆਂ ਨਾਲੀਆਂ ਪਹਿਲਾਂ ਤਾਂ ਸੀਵਰੇਜ ਦਾ ਕੰਮ ਕਰਾਂਗੇ, ਬਾਕੀ ਸਾਡੀਆਂ 2-3 ਜੇ ਸੜਕਾਂ ਬਣਨ ਵਾਲੀਆਂ, ਗਲੀਆਂ ਬਣਨ ਵਾਲੀਆਂ ਪਿੰਡ 'ਚ। ਬਾਕੀ ਸਕੂਲ ਦੀ ਬਿਲਡਿੰਗ ਸਾਡਾ ਇਹ ਹੈ ਵੀ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਬਣਾਵਾਂਗੇ। ਸਟੇਡੀਅਮ ਬਣਾਉਣ ਦਾ ਇਰਾਦਾ ਵਾ, ਫਿਰ ਬੱਚਿਆਂ ਵਾਸਤੇ ਗਰਾਊਂਡ ਹੈ ਨਹੀਂ ਗੀ, ਗਰਾਊਂਡ, ਫਿਰ ਜਿੰਮ ਹੈ ਨਹੀਂ ਪਿੰਡ ਵਿੱਚ, ਮਤਲਬ ਕਾਫੀ ਕੰਮ ਹੈ ਛੋਟੇ ਮੋਟੇ, ਬਾਕੀ ਕੰਮ ਹੋਏ ਨਹੀਂ ਕੋਈ ਅੱਗੇ ਵਧੀਆ। ਠੀਕ, ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣਾ ਸਮਾਂ ਬਤੀਤ ਕਰ ਰਹੇ ਨੇ। ਸਭ ਤੋਂ ਪਹਿਲਾਂ ਬਜ਼ੁਰਗੋ, ਕੀ ਨਾਮ ਤੁਹਾਡਾ? ਮਦਨ ਲਾਲ। ਮਦਨ ਲਾਲ ਜੀ, ਕਿੱਦਾਂ ਵੋਟਾਂ ਆ ਗਈਆਂ ਸਰਪੰਚੀ ਦੀਆਂ, ਉਤਸ਼ਾਹ ਹੈ ਪਿੰਡ 'ਚ? ਹਾਂਜੀ। ਅੱਛਾ, ਇਹ ਦੱਸੋ ਤੁਸੀਂ ਕਿ ਤੁਹਾਡੇ ਪਿੰਡ ਦੇ ਤੁਹਾਨੂੰ ਕਿਹੜੇ ਲੱਗਦੇ ਕੰਮ ਕਾਰ ਜਿਹੜੇ ਅੱਜ ਤੱਕ ਅਧੂਰੇ ਪਏ ਨੇ? ਕੰਮ ਕੋਈ ਵੀ ਨਹੀਂ ਹੋਇਆ, ਕੰਮ ਕਿਹੜਾ ਹੋਇਆ ਕੋਈ? ਕੰਮ ਤਾਂ ਇੱਥੇ ਕੋਈ ਵੀ ਨਹੀਂ ਹੋਇਆ। ਸਾਹਮਣੇ ਦੇਖ ਲਓ, ਹਾਂ ਸਾਹਮਣੇ ਦੇਖੋ ਕੀ ਬਣਿਆ, ਨਾ ਕੋਈ ਗਲੀ ਨਾ ਕੋਈ ਗਲੀਆਂ ਦੇਖੋ ਨਿਗਾਹ ਮਾਰ ਕੇ। ਜਦੋਂ ਆਏ ਨੇ ਵੋਟਾਂ ਨੂੰ ਆਪਣੇ ਸ਼ਬਾਰਨ ਵਗੈਰਾ ਜਿੰਨੇ ਵੀ ਆਏ ਹੋਣ, ਸਾਹਮਣੇ ਦੇਖੋ ਉਮੀਦ ਕਰਦੇ ਸਾਰੇ ਆਪਣਾ ਆਪਣਾ ਜਿਹੜਾ ਸਰਪੰਚ ਬਣ ਜਾਂਦਾ ਨਾ, ਕਿਸੇ ਨੇ ਕਿਸੇ ਨੂੰ ਕੁਛ ਨੀ ਦਿੱਤਾ, ਦਿੱਤਾ ਕਿਸੇ ਨੂੰ? ਜਿਹੜਾ ਅੱਗੇ ਬਣ ਜਾਣਾ ਉਹਨੇ ਵੀ ਨੀ ਦੇਣਾ, ਉਹਨਾਂ ਵੀ ਆਪਣਾ ਢਿੱਡ ਭਰਨਾ ਹੈ। ਤੁਸੀਂ ਕਿੱਦਾਂ ਦਾ ਸਰਪੰਚ ਆਉਂਦੇ ਹੋ? ਦਵਾਈ ਉਹ ਡਾਕਟਰ ਆਉਂਦੇ ਸੀਗੇ ਗੱਡੀ ਲੈ ਕੇ, ਉਹ ਵੀ ਬੰਦ ਕਰਾ ਤਾ। ਉਹ ਕਿੰਨੇ ਕਰਵਾ ਤਾ ਬੰਦ? ਜਿਨ੍ਹਾਂ ਨੇ ਲੱਗਦੇ ਇੱਕ ਦੂਜੇ ਨਾਲ ਬੰਦ ਕਰਵਾ ਤਾ, ਬੰਦ ਕਰਵਾ ਤਾ, ਸਪਲਾਈ ਕਰਦੇ ਹਨ ਦਵਾਈ ਵਾਲੇ, ਉਹ ਬੰਦ ਕਰਾ ਤਾ। ਰੀਗਾ ਵਾਲੇ ਕੋਈ ਦਿਹਾੜੀ ਨੀ ਲਾਉਂਦੇ, ਮਕਾਨ ਇਹਦਾ ਕੱਚਾ, ਕੋਈ ਗਰਾਂਟ ਨੀ, ਕੁਛ ਨੀ। ਯਾਨੀ ਕਿ ਤੁਹਾਡੇ ਪਿੰਡ ਦੇ ਪੁਰਾਣੇ ਸਰਪੰਚ ਕੋਲ ਫਿਰ ਤੁਹਾਡਾ ਕੀਤਾ ਹੀ ਕੁਛ ਨੀ? ਕੁਛ ਨੀ ਕੀਤਾ। ਤੇ ਹੁਣ ਨਵੀਆਂ ਵੋਟਾਂ ਆ ਗਈਆਂ, ਹੁਣ ਕਿੱਦਾਂ ਵੋਟ ਪਾਉਂਗੇ ਕਿ ਸਰਪੰਚ ਬਣਾਉਣਾ ਪਿੰਡ ਦਾ ਨਵਾਂ ਚੁਣੋਗੇ? ਬਣਾਉਣਾ ਤਾਂ ਪੈਣਾ ਹੀ ਆ, ਉਹ ਤਾਂ ਫਿਰ ਆਏ ਤੇ ਦੇਖਾਂਗੇ ਨਾ ਕਿਹੜਾ ਅੱਗੇ ਆਉਂਦਾ ਫਿਰ ਕੀ ਕਰਦਾ ਕੀ ਨਹੀਂ ਕਰਦਾ। ਠੀਕ ਹੈ ਮਤਲਬ ਕਾਫੀ ਸਮੱਸਿਆ ਚੱਲਣੀ ਪੈ ਰਹੀ ਹੈ ਤੁਹਾਨੂੰ। ਸੋ ਬਿਲਕੁਲ ਇਹ ਸਨ ਪਿੰਡ ਕੁਲੀਆਂ ਦੇ ਲੋਕ, ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਪੰਚਾਇਤ ਵੱਲੋਂ ਪਿੰਡ ਵਿੱਚ ਵਿਕਾਸ ਕਾਰਜ ਜਿਹੜੇ ਆ ਉਹ ਨਾ ਮਾਤਰ ਹੀ ਕੀਤੇ ਗਏ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜਿਸ ਵੀ ਵਿਅਕਤੀ ਨੂੰ ਉਹ ਵੋਟ ਪਾ ਕੇ ਸਰਪੰਚ ਬਣਾਉਣਗੇ, ਉਹਨਾਂ ਤੋਂ ਇਹੀ ਉਮੀਦ ਕਰਨਗੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਵਿਕਾਸ ਕਾਰਜ ਕੀਤੇ ਜਾਣ ਔਰ ਉਹਨਾਂ ਦਾ। ਮੈਂ ਵਿਨੇ ਦੇ ਨਾਲ ਵਿਜੇ ਸਲਾਰੀਆ, ਨਿਊਜ਼ 18 ਪੰਜਾਬ।